ਜ਼ਿਲ੍ਹਾ ਮੋਗਾ ਦੇ ਪਿੰਡ ਮੁਨਾਵਾ ਵਿੱਚ ਪੰਜਾਬ ਸਰਕਾਰ ਵੱਲੋਂ ਨਿੱਜੀ ਸੰਸਥਾ ਦੇ ਸਹਿਯੋਗ ਨਾਲ ਖੋਲ੍ਹੇ ਗਏ ਆਦਰਸ਼ ਸਕੂਲ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਵਿਵਾਦ ਸੁਲਝਣ ਦਾ ਨਾਮ ਨਹੀਂ ਲੈ ਰਿਹਾ। ਇਸ ਸਕੂਲ ਨੂੰ ਚਲਾਉਣ ਵਾਲੀ ਸੰਸਥਾ ਵੱਲੋਂ ਸਕੂਲ ਵਿੱਚੋਂ ਕੱਢੇ ਗਏ ਅਧਿਆਪਕਾਂ ਨੇ ਸਕੂਲੀ ਬੱਚਿਆਂ ਨਾਲ ਡੀਸੀ ਦਫ਼ਤਰ ਦੇ ਬਾਹਰ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਅਧਿਆਪਕਾਂ ਨੇ ਕਿਹਾ ਕਿ ਜਦ ਸਕੂਲ ਵਿੱਚ ਵਿਵਾਦ ਚੱਲ ਰਿਹਾ ਸੀ ਤਾਂ ਉਹ ਆਪਣੇ ਖਰਚੇ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਨੇ ਅਤੇ ਹੁਣ ਸੰਸਥਾ ਵੱਲੋਂ ਨਵੇਂ ਅਧਿਆਪਕ ਭਰਤੀ ਕੀਤੇ ਜਾ ਰਹੇ ਨੇ। ਉੱਧਰ ਇਸ ਮੌਕੇ ਪਹੁੰਚੇ ਡੀਸੀ ਅਰਸ਼ਦੀਪ ਸਿੰਘ ਨੇ ਭਰੋਸਾ ਦਵਾਇਆ ਹੈ ਕਿ ਉਹ ਜਲਦ ਹੀ ਇਹ ਮਾਮਲਾ ਸੁਲਝਾ ਦੇਣਗੇ। ਜ਼ਿਕਰਯੋਗ ਹੈ ਕਿ ਇਸ ਸਕੂਲ ਦਾ ਵਿਵਾਦ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਤੇ ਸਕੂਲ ਚਲਾਉਣ ਵਾਲੀ ਸੰਸਥਾ ਵੱਲੋਂ ਸਕੂਲ ਬੰਦ ਕਰਕੇ ਇਸ ਦਾ ਜ਼ਿੰਮਾ ਡੀਸੀ ਨੂੰ ਸੌਂਪ ਦਿੱਤਾ ਗਿਆ ਸੀ, ਪਰ ਕੁਝ ਦਿਨਾਂ ਬਾਅਦ ਫਿਰ ਉਸੇ ਸੰਸਥਾ ਨੇ ਸਕੂਲ ਚਲਾਉਣ ਦੀ ਗੱਲ ਕਹਿ ਕੇ ਸਕੂਲ ਦਾ ਜ਼ਿੰਮਾ ਦੁਬਾਰਾ ਸੰਭਾਲਿਆ ਹੈ ਅਤੇ ਨਵੇਂ ਅਧਿਆਪਕਾਂ ਦੀ ਭਰਤੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਪੁਰਾਣੇ ਅਧਿਆਪਕਾਂ ਜਿਨ੍ਹਾਂ ਦਾ ਕੰਟਰੈਕਟ ਪੂਰਾ ਹੋ ਚੁੱਕਾ ਹੈ ਉਹਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਅਸੀਂ ਕੀ ਆ ਪੇਰੈਂਟਸ ਦੇ ਸਹਿਯੋਗ ਨਾਲ ਪਿੰਡ ਦੀ ਪੰਚਾਇਤ ਦਾ ਮਤਾ ਪਵਾ ਕੇ ਐਡਮਿਸ਼ਨਾਂ ਸ਼ੁਰੂ ਕੀਤੀਆਂ। ਉੱਥੇ ਅਸੀਂ ਇਨਫੋਰਮ ਵੀ ਕੀਤਾ, ਕੋਈ ਸਕੂਲ ਦੀ ਮੈਨੇਜਮੈਂਟ ਕੋਈ ਉੱਥੇ ਬੋਡੀ ਨਹੀਂ, ਸਭ ਕੁਛ ਹੋ ਗਿਆ। ਜੂਨ ਦੀਆਂ ਛੁੱਟੀਆਂ ਹੋ ਗਈਆਂ ਜਦੋਂ ਕਿ ਜਦੋਂ ਦੁਬਾਰਾ ਸਕੂਲ ਖੁੱਲ੍ਹਣਾ ਸੀ, ਇਸ ਜਿਹੜੀ ਕੀ ਆ ਘਪਲੇਬਾਜ਼ ਪਾਈ ਗਈ ਜਿਹੜੀ ਮੈਨੇਜਮੈਂਟ ਆ ਉਹਨੇ ਕੀ ਆ ਬਿਲਡਿੰਗ 'ਤੇ ਕਬਜ਼ਾ ਕਰ ਲਿਆ। ਉਹੀ ਟੀਚਰ ਜਿਹੜੇ ਕਿ ਇਹਨਾਂ ਨੂੰ 3 ਮਹੀਨਿਆਂ ਤੋਂ ਸਾਂਭ ਰਹੇ ਸੀਗੇ, ਅੱਜ ਉਹਨਾਂ ਦੀ ਐਂਟਰੀ ਨਹੀਂ ਹੈਗੀ ਗੀ ਅਤੇ ਜਿਹੜੇ 10 ਟੀਚਰ ਆ ਉਹਨਾਂ ਦੇ ਨਾਲ ਸੀ ਉਹ ਅੱਜ ਅੰਦਰ ਬੈਠੇ ਹੋਏ ਆ। ਦੱਸੋ ਇਹ 'ਚ ਸਾਡਾ ਕੀ ਕਸੂਰ ਆ? ਸਾਨੂੰ ਕਹਿੰਦੇ ਸਕੂਲ ਛੁੱਟੀਆਂ ਨੇ, 15 ਛੁੱਟੀਆਂ ਨੇ ਸਕੂਲ, ਤੁਸੀਂ 15 ਦਿਨਾਂ ਬਾਅਦ ਆਈ ਹੋ। ਜੇ ਅਸੀਂ 15 ਦਿਨ ਬਾਅਦ ਆਉਂਦੇ ਤਾਂ ਬੱਚੇ ਕਿੱਥੋਂ ਆਉਂਦੇ? 1 ਅਪ੍ਰੈਲ ਤੋਂ ਅਸੀਂ ਖੁਦ ਆਪਣੇ ਪੈਸਿਆਂ ਨਾਲ ਲਾਈਟ ਦਾ ਪ੍ਰਬੰਧ ਕੀਤਾ, ਪਾਣੀ ਦਾ ਪ੍ਰਬੰਧ ਕੀਤਾ। ਮੈਨੇਜਮੈਂਟ ਵੱਲੋਂ ਸਾਨੂੰ ਕੋਈ ਸਹਿਯੋਗ ਨਹੀਂ, ਨਾ ਬੱਚਿਆਂ ਦੇ ਦਾਖਲੇ ਵਿੱਚ, ਨਾ ਬੱਚਿਆਂ ਦੀ ਪੜ੍ਹਾਈ ਵਿੱਚ, ਨਾ ਬਿਜਲੀ 'ਚ, ਨਾ ਪਾਣੀ 'ਚ। ਹੁਣ ਦਾ ਜਿਹੜਾ ਇਹ ਧਰਨਾ ਇਸ ਰੋਸ ਵਜੋਂ ਲਗਾਇਆ ਜਾ ਰਿਹਾ ਕਿ ਜਿਹੜੇ 10-12 ਮੈਂਬਰ ਸੀ ਉਹਨਾਂ ਦੇ ਨਾਲ ਸੀ, ਉਹ ਅੱਜ ਅੰਦਰ ਨਹੀਂ, ਅਤੇ ਅਸੀਂ ਜਿਹੜੇ ਸ਼ੁਰੂ ਤੋਂ ਸਕੂਲ ਚਲਾ ਰਹੇ ਹਾਂ ਗਰਮੀ ਵਿੱਚ, ਉਹ ਸਾਡਾ ਸਟਾਫ ਬਾਹਰ ਹੈ ਅਤੇ ਬੱਚੇ ਵੀ ਬਾਹਰ ਹੈ। ਜੀ ਆਦਰਸ਼ ਸਕੂਲ ਮਨਾਵਾ ਦੇ ਵਿੱਚ ਜੋ ਹੈ ਉਹ ਸਰਕਾਰ ਦੀ ਪੋਲਿਸੀ ਅਨੁਸਾਰ ਇੱਕ ਸੁਸਾਇਟੀ ਨੂੰ ਦਿੱਤਾ ਗਿਆ ਹੈ ਜੋ ਕਿ ਉਸਨੂੰ ਚਲਾ ਰਹੇ ਹਨ। ਉਸ ਵਿੱਚ ਅਗਰ ਕਿਸੇ ਵੀ ਬੱਚੇ ਨੇ ਕੋਈ ਐਡਮਿਸ਼ਨ ਲੈਣ ਸੰਬੰਧੀ ਹੈ ਤਾਂ ਕਿਸੇ ਬੱਚੇ ਨੂੰ ਕੋਈ ਵੀ ਮਨਾਹੀ ਨਹੀਂ ਹੈ ਐਡਮਿਸ਼ਨ ਦੇ ਵਿੱਚ। ਮੈਂ ਸਖ਼ਤ ਹਦਾਇਤਾਂ ਕਰ ਦਿੱਤੀਆਂ ਹਨ, ਸੁਸਾਇਟੀ ਨੂੰ ਵੀ ਦੱਸ ਦਿੱਤਾ, DO ਐਲੀਮੈਂਟਰੀ ਸੈਕੰਡਰੀ ਦੀ ਵੀ ਡਿਊਟੀ ਲਗਾ ਦਿੱਤੀ ਗਈ ਹੈ ਕਿ ਕੋਈ ਵੀ ਬੱਚਾ ਅਗਰ ਐਡਮਿਸ਼ਨ ਚਾਹੁੰਦਾ ਹੈ ਤਾਂ ਉਹਨਾਂ ਨੂੰ ਤੁਰੰਤ ਐਡਮਿਸ਼ਨ ਦਿੱਤੀ ਜਾਏਗੀ, ਕਿਸੇ ਚੀਜ਼ ਦੀ ਕੋਈ ਵੀ ਮਨਾਹੀ ਨਹੀਂ। ਟੀਚਰ ਜਦੋਂ ਸਰਕਾਰ ਨੇ ਕਿਸੇ ਸੁਸਾਇਟੀ ਜਾਂ ਗਰੁੱਪ ਨੂੰ ਸਕੂਲ ਚਲਾਉਣ ਲਈ ਦਿੱਤਾ ਹੈ ਤਾਂ ਉਹ ਗਰੁੱਪ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਕਿ ਉਹਨਾਂ ਨੇ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਅਤੇ ਹੋਰ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਟੀਚਰ ਦੀ ਚੋਣ ਕਰਨੀ ਹੈ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।